ਸ਼ਗਣਾ ਦੀ ਖਿੱਚ ਲਈ ਤਿਆਰੀਆ ਤੂੰ ਰੱਖੀ ਕਲੀਆਂ ਸਜਾ ਕੇ ਸੋਹਣੀਏ ਨੀ। ਸਵਾਗਤ ਹੈ ਜੀ ਤੁਹਾਡਾ ਆਪਣੇ ਸ਼ੋਅ ਦੇ ਵਿੱਚ ਗੱਲਾਂ ਵਿੱਚ ਗੁਲਾਬੋ ਦੇ ਵਿੱਚ। ਅੱਜ ਫਿਰ ਗੱਲਾਂ ਹੀ ਕਰਨੀਆਂ ਆਪਾਂ, ਪਰ ਅੱਜ ਮੈਂ ਤੁਹਾਡੇ ਨਾਲ ਗੱਲਾਂ ਨਹੀਂ ਕਰਨੀਆਂ, ਅੱਜ ਨਾ ਮੈਨੂੰ ਮੁੰਡੇ ਵਾਲੇ ਦੇਖਣ ਆ ਰਹੇ ਨੇ, ਅੱਜ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ। ਚਲੋ ਠੀਕ ਹੈ, ਤੁਸੀਂ ਵੀ ਕਰ ਲਿਓ ਗੱਲਾਂ, ਤੁਸੀਂ ਮੈਨੂੰ ਫੋਨ ਕਰਕੇ ਇਹ ਦੱਸਿਓ ਵੀ ਜਦੋਂ ਮੈਨੂੰ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਤਾਂ ਮੈਂ ਉਹਨਾਂ ਨਾਲ ਕਿੱਦਾਂ ਗੱਲਬਾਤ ਕਰਾਂ, ਕਿੱਦਾਂ ਬਿਹੇਵ ਕਰਾਂ, ਮਤਲਬ ਵਧੀਆ ਜਿਹਾ ਬਿਹੇਵ ਕਰਨਾ ਨਾ ਉਹਨਾਂ ਨਾਲ। ਵੈਸੇ ਮੈਨੂੰ ਮੇਰੇ ਘਰਦਿਆਂ ਨੇ ਦੱਸਿਆ ਆ ਵੀ ਜਦੋਂ ਆਉਣਗੇ ਨਾ ਤਾਂ ਮਤਲਬ ਮੈਨੂੰ ਤਿਆਰੀ ਵਿਆਰੀ ਤਾਂ ਮੈਂ ਪੂਰੀ ਕੀਤੀ ਆ, ਵੀ ਮੈਂ ਸੂਟ ਸਵਾ ਲਿਆ ਵਧੀਆ ਜਿਹਾ, ਮੈਂ ਚੂੜੀਆਂ ਪਾਈਆਂ ਨਵੀਆਂ, ਨਾਲੇ ਮੈਂ ਮੇਕਅਪ ਸ਼ੇਕਅਪ ਵੀ ਕਰਾ ਲਿਆ ਆ। ਅਤੇ ਉਹ ਕਹਿੰਦੇ ਵੀ ਨਾ ਬੜਾ ਬੋਲਣਾ ਨਹੀਂ ਉਹਨਾਂ ਦੇ ਸਾਹਮਣੇ, ਮੇਰੇ ਲਈ ਤਾਂ ਆਹੀ ਔਖਾ ਆ ਵੀ ਤੁਹਾਨੂੰ ਪਤਾ ਹੁਣ ਮੈਨੂੰ ਬੋਲਣ ਦੀ ਆਦਤ ਕਿੰਨੀ ਆ, ਬਸ ਫੜੀ ਨਾ ਜਾਵਾਂ, ਬਸ ਉਹ ਐਂ ਰਹਿ ਕਹਿ ਦੇਣ ਵੀ ਕੁੜੀ ਤਾਂ ਤੁਹਾਡੀ ਬੋਲਦੀ ਬਾਲਾ ਆ। ਫਿਰ ਕੀ ਹੋਇਆ ਜੇ ਬੋਲਦੀ ਆ, ਤੁਹਾਡਾ ਦਿਲ ਲਾ ਹੀ ਰੱਖੂਗੀ ਹੈ ਨਾ। ਵੈਸੇ ਗੱਲ ਦੱਸਾਂ, ਆਹ ਜਿਹੜੇ ਸਮੋਸੇ ਪਏ ਨੇ ਨਾ, ਆਹ ਮੈਂ ਬਣਾਏ ਨਹੀਂ ਹੈਗੇ, ਪਰ ਮੰਮੀ ਕਹਿੰਦੀ ਜਦੋਂ ਮੁੰਡੇ ਵਾਲੇ ਆਉਣਗੇ ਨਾ ਤਾਂ ਆਪਾਂ ਕਹਿ ਦੇਣਾ ਸਾਡੀ ਕੁੜੀ ਨੇ ਤਾਂ ਬਣਾਏ ਨਹੀਂ ਹੈ ਸਮੋਸੇ, ਨਾਲੇ ਲਾਲ ਚਟਨੀ, ਅਤੇ ਤੂੰ ਬੜਾ ਬੋਲਣਾ ਨਹੀਂ, ਤੂੰ ਚੁੱਪ ਕਰਕੇ ਕਹਿਣਾ ਹਾਂਜੀ ਮੈਂ ਹੀ ਬਣਾਏ ਨੇ। ਹੁਣ ਝੂਠ ਬੋਲੀ ਜਾਵਾਂ ਜਦ ਮੈਂ ਨਹੀਂ ਬਣਾਏ, ਮੇਰੇ ਕੋਲ ਕਿੱਥੇ ਟਾਈਮ ਸੀਗਾ ਸਮੋਸੇ ਬਣਾਉਣ ਦਾ, ਜਲੇਬੀਆਂ ਬਣਾਉਣ ਦਾ, ਮੈਂ ਤਾਂ ਸੂਟ ਸਵਾਉਣ ਗਈ ਹੋਈ ਸੀਗੀ। ਚਲੋ ਕੋਈ ਗੱਲ ਨਹੀਂ, ਅੱਜ ਤੁਸੀਂ ਮੈਨੂੰ ਦੱਸਣਾ ਆ ਵੀ ਜਦੋਂ ਤੁਸੀਂ ਕਿਸੇ ਕੁੜੀ ਨੂੰ ਵੇਖਣ ਗਏ ਸੀਗੇ ਤਾਂ ਤੁਸੀਂ ਪਹਿਲੀ ਵਾਰ ਐਕਸੈਪਟ ਕਰ ਲਿਆ ਸੀਗਾ, ਜਾਂ ਜਦੋਂ ਰਿਜੈਕਟ ਕੀਤਾ ਸੀ ਤਾਂ ਕਿਸ ਬੇਸ 'ਤੇ ਰਿਜੈਕਟ ਕੀਤਾ ਸੀ, ਤਾਂ ਕਿ ਮੈਂ ਪੁਆਇੰਟ ਨੋਟ ਕਰ ਲਾ ਨਾ। ਜਾਂ ਫਿਰ ਕੁੜੀਆਂ ਨੇ ਮੈਨੂੰ ਦੱਸਣਾ ਆ ਵੀ ਜਦੋਂ ਉਹਨਾਂ ਨੂੰ ਮੁੰਡੇ ਵਾਲੇ ਵੇਖਣ ਆਏ ਸੀਗੇ ਨਾ ਤਾਂ ਉਹਨਾਂ ਨੇ ਕੀ ਤਿਆਰੀਆਂ ਕੀਤੀਆਂ ਸੀਗੀਆਂ। ਚੱਕੋ ਆਪਣਾ ਫੋਨ ਅਤੇ ਡਾਇਲ ਕਰੋ 3 4 7 2 5 2 1 2 3 2 ਅਤੇ ਮੈਨੂੰ ਫੋਨ ਕਰਕੇ ਦੱਸੋ ਵੀ ਮੈਂ ਕੀ ਤਿਆਰੀਆਂ ਕਰਾਂ। ਵੈਸੇ ਨਾ ਮੈਂ ਆਪਣੀ ਦਾਦੀ ਜੀ ਨੂੰ ਪੁੱਛਿਆ ਆ, ਮੈਂ ਆਪਣੀ ਦਾਦੀ ਜੀ ਨੂੰ ਪੁੱਛਿਆ, ਮੈਂ ਕਿਹਾ ਦਾਦੀ ਜੀ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਦਾਦਾ ਜੀ ਤੁਹਾਨੂੰ ਵੇਖਣ ਆਏ ਸੀਗੇ ਅਤੇ ਤੁਹਾਨੂੰ ਪਹਿਲੀ ਵਾਰ 'ਚ ਪਸੰਦ ਆ ਗਏ ਸੀਗੇ ਹੈ ਨਾ, ਕਹਿੰਦੇ ਮੋਇਆ ਪਤਾ ਲੱਗਦਾ ਸੀਗਾ ਉਦੋਂ, ਉਹਨੂੰ ਤਾਂ ਮਨ ਦੀ ਸ਼ਕਲ ਵੀ ਨਹੀਂ ਸੀ ਵੇਖੀ, ਜਦੋਂ ਵਿਆਹ ਹੋਇਆ ਅਤੇ ਸਹਿਰਾ ਬੰਨਿਆ ਹੋਇਆ ਸੀਗਾ ਉਹ ਤਾਂ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਵੀ ਤੇਰੇ ਦਾਦਾ ਜੀ ਜਮਾ ਹੀ ਘੈਂਟ ਲੱਗਦੇ ਸੀਗੇ ਹੈ ਨਾ। ਅਤੇ ਪਹਿਲਾਂ ਮੈਂ ਵੇਖ ਲਓ ਇਹ ਦੇਖਿਆ ਵੀ ਇੱਦਾਂ ਹੁੰਦਾ ਸੀਗਾ ਵੀ ਨਾ ਕੁੜੀਆਂ ਬਹਿੰਦੀਆਂ ਸੀਗੀਆਂ ਚੁੱਪ ਕਰਕੇ ਜਦੋਂ ਮੁੰਡੇ ਵਾਲੇ ਆਉਂਦੇ ਸੀਗੇ, ਅਤੇ ਚਾਹ ਦੀ ਟ੍ਰੇ ਉਹਨਾਂ ਦੇ ਕੋਲ ਲੈ ਕੇ ਜਾਈਦੀ ਸੀਗੀ, ਅਤੇ ਕੁੜੀ ਵਿਚਾਰੀ ਇੰਨੀ ਨਰਵਸ ਹੋ ਜਾਂਦੀ ਸੀਗੀ ਵੀ ਨਾ ਮਤਲਬ ਚਾਹ ਦਾ ਕੱਪ ਮੁੰਡੇ ਦੇ ਉੱਤੇ ਜਾ ਕੇ ਸਿੱਧਾ ਡੁੱਲਦਾ ਸੀਗਾ। ਇਹ ਤਾਂ ਚਲੋ ਫਿਲਮੀ ਸੀਨ ਹੋ ਗਿਆ ਨਾ, ਪਰ ਨਹੀਂ ਅੱਜ ਕੱਲ੍ਹ ਤਾਂ ਮਤਲਬ ਮਾਹੌਲ ਚੇਂਜ ਹੋ ਰਿਹਾ, ਆ ਬੰਬੇ ਜਾ ਕੇ ਵੇਖੋ ਤੁਸੀਂ ਕਿੰਨਾ ਮਾਹੌਲ ਬਦਲਿਆ ਹੋਇਆ ਆ, ਉੱਥੇ ਤਾਂ ਕੁੜੀਆਂ ਨੇ ਲਿਸਟਾਂ ਰੱਖੀਆਂ ਹੋਈਆਂ ਇੰਨੀਆਂ ਵੱਡੀਆਂ ਵੀ ਜਦੋਂ ਮੁੰਡੇ ਵਾਲੇ ਸਾਨੂੰ ਵੇਖਣ ਆਉਣਗੇ ਨਾ ਪਹਿਲਾਂ ਇਹ ਲਿਸਟ ਵਿਖਾ ਦੇਣੀਆਂ ਵੀ ਆਹ ਵੇਖ ਲਓ ਜੀ ਜੇ ਤਾਂ ਸਾਡਾ ਵਿਆਹ ਕਰਾਉਣਾ ਨਾ ਅਤੇ ਇਹ ਲਿਸਟਾਂ 'ਚ ਹੋਣਾ ਚਾਹੀਦਾ ਆ, ਸਭ ਕੁਛ ਟਿੱਕ ਮਾਰੀ ਜਾਂਦੀਆਂ ਉਹ ਨਾਲ ਨਾਲ। ਹਾਂ ਨਾਲੇ ਨਵੀਂ ਡਿਮਾਂਡ ਕਿਹੜੀ ਹੋਈ ਵੀ ਫੈਮਿਲੀ ਮੈਂਬਰ ਇੰਨੇ ਹੋਣੇ ਚਾਹੀਦੇ ਆ, ਦੱਸੋ ਆ ਵੀ ਕੋਈ ਡਿਮਾਂਡ ਹੋਈ? ਮੇਰੀ ਤਾਂ ਦੇਖੋ ਜੀ ਇੱਦਾਂ ਦੀ ਕੋਈ ਡਿਮਾਂਡ ਨਹੀਂ ਹੈਗੀ, ਮੇਰੀ ਇੱਕੋ ਹੀ ਡਿਮਾਂਡ ਹੈ ਵੀ ਜਿਹੜਾ ਮੁੰਡਾ ਆ ਨਾ ਮੇਰੇ ਮਾਂ ਪਿਓ ਦੀ ਪੂਰੀ ਇੱਜ਼ਤ ਕਰੇ, ਵਧੀਆ ਡਿਮਾਂਡ ਹੈ ਨਾ, ਅਤੇ ਉਹਨਾਂ ਦੀ ਵੀ ਇਹੀ ਡਿਮਾਂਡ ਹੋਊਗੀ। ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਨਾ ਲੱਗ ਜੇ ਵੀ ਕੁੜੀ ਚੁੱਪ ਨਹੀਂ ਕਰਦੀ, ਹੁਣ ਮੈਂ ਚੁੱਪ ਕਿੱਦਾਂ ਕਰਾਂ, ਤੁਹਾਡੇ ਨਾਲ ਗੱਲਾਂ ਕਰਨੀਆਂ, ਉਹਨਾਂ ਨਾਲ ਗੱਲਾਂ ਕਰਨੀਆਂ, ਇੰਨੀ ਪ੍ਰੈਕਟਿਸ ਮੈਂ ਕੀਤੀ ਹੋਈ ਆ ਅਤੇ ਚੁੱਪ ਕਿਉਂ ਕਰਾਂ? ਕਾਲਰ ਨੂੰ ਪੁੱਛ ਲੈਣਾ ਜੀ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਕਰਦੇ ਸੀ? ਮੈਂ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਆ। ਤੁਸੀਂ ਕੌਣ ਬੋਲ ਰਹੇ ਹੋ? ਮੈਂ ਗੁਰਸ਼ਾਨ ਬੋਲ ਰਿਹਾ। ਗੁਰਸ਼ਾਨ ਜੀ ਕਿੱਥੋਂ ਬੋਲ ਰਹੇ ਹੋ? ਨਿਊਯਾਰਕ। ਨਿਊਯਾਰਕ, ਮੈਨੂੰ ਵੀ ਲੈ ਜਾਓ ਨਿਊਯਾਰਕ। ਓਕੇ ਓਕੇ, ਤੁਸੀਂ ਕੀ ਕਰਦੇ ਹੋ? ਮੈਂ ਬੈਠਾ ਸੀਗਾ, ਟੀਵੀ ਦੇਖ ਰਹੀ ਸੀ ਤੁਹਾਡੀ। ਅੱਛਾ, ਟੀਵੀ 'ਚ ਮੈਨੂੰ ਵੇਖ ਰਹੇ ਹੋ, ਮੈਂ ਕਿੱਦਾਂ ਲੱਗ ਰਹੀ ਆ? ਥੋੜਾ ਥੋੜਾ ਪੜ੍ਹਦੇ ਹੋ ਹਨਾ। ਅੱਛਾ ਮੈਨੂੰ ਇਹ ਦੱਸੋ ਵੀ ਵਿਆਹ ਕਰਾਉਣਾ ਤੁਸੀਂ? ਨਹੀਂ ਮੈਂ ਛੋਟਾ ਹਜੇ। ਤੇ ਫਿਰ ਕੀ ਹੋਇਆ? ਮੈਂ ਵੀ ਦੇਖੋ ਕਿੰਨੀ ਛੋਟੀ ਜੀ ਆ, ਵਿਆਹ ਤਾਂ ਕਰਾਉਣਾ ਹੀ ਪੈਂਦਾ। ਹਾਂਜੀ ਫਿਰ ਕਰਾ ਲਈਏ ਵਿਆਹ। ਮੈਂ ਤਾਂ ਹਜੇ ਛੋਟਾ, ਮੈਂ ਕਿੱਦਾਂ ਕਰਾ ਲਾਂ? ਤੁਹਾਡੇ ਨਾਲ ਥੋੜੀ, ਮੈਂ ਆਪਣੀ ਗੱਲ ਕਰਦੀ ਆ ਵੀ ਮੈਂ ਕਰਾ ਲਾਂ ਵਿਆਹ ਹੁਣ। ਹਾਂਜੀ ਕਰਾ ਲਓ, ਪੱਕਾ ਤੁਹਾਡੀ ਮਰਜ਼ੀ ਆ। ਹਾਏ ਮੇਰੀ ਮਰਜ਼ੀ ਆ? ਮੇਰੀ ਮਰਜ਼ੀ ਤਾਂ ਹੈਗੀ ਆ, ਬਟ ਉਹਨਾਂ ਨੂੰ ਮੈਂ ਪਸੰਦ ਆ ਜਾਊਂਗੀ। ਸਤਿ ਸ਼੍ਰੀ ਅਕਾਲ।
ਕੌਣ ਬੋਲਦੇ? ਹੈਲੋ ਹੈਲੋ ਜੀ, ਕੌਣ ਬੋਲਦੇ? ਹਾਂਜੀ, ਮੈਂ ਓਹਾਇਓ ਤੋਂ ਬੋਲਦਾ ਜੀ। ਓਕੇ, ਕੀ ਨਾਮ ਤੁਹਾਡਾ? ਮੇਰਾ ਨਾਮ ਸਰਵਰ ਹੈ ਜੀ, ਸਰਵਰ। ਓਕੇ, ਹਾਏ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਟੌਪਿਕ ਬਾਰੇ? ਹਾਂਜੀ, ਮੈਂ ਟੌਪਿਕ ਤਾਂ ਮੈਂ ਸੁਣਿਆ ਨਹੀਂ ਹੈ, ਮੈਂ ਤਾਂ ਫੋਨ ਹੀ ਆਪਣੇ ਟੀਵੀ ਹੁਣੇ ਲਾਇਆ ਮੈਂ ਤਾਂ। ਕੋਈ ਗੱਲ ਨਹੀਂ ਜੀ, ਤੁਸੀਂ ਮੈਮ ਨੂੰ ਵੇਖਣ ਗਏ ਸੀ? ਹਾਂਜੀ, ਇੱਕ ਕੀ ਕਹਿੰਦੇ ਤੁਸੀਂ? ਤੁਸੀਂ ਜਦੋਂ ਆਪਣੀ ਮੈਮ ਨੂੰ ਵੇਖਣ ਗਏ ਸੀਗੇ ਤੇ ਪਹਿਲੀ ਵਾਰ ਚ ਐਕਸੈਪਟ ਕਰ ਲਿਆ ਸੀਗਾ? ਨਹੀਂ, ਮੈਂ ਤੇ ਵਾਈਫ ਨੂੰ ਮੈਂ ਤੇ ਬਹੁਤ ਚਿਰ ਤੋਂ ਜਾਣਦਾ ਸੀ ਸਾਡੀ ਲਵ ਮੈਰਿਜ। ਨਹੀਂ ਨਹੀਂ ਨਹੀਂ, ਮੇਰੀ ਅਰੇਂਜ ਮੈਰਿਜ ਹੈ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ। ਮੇਰੇ ਮਾਪਿਓ ਨੇ ਕਹਿੰਦੇ ਤਾਂ ਕੁੜੀ ਵਿਗਾੜਤੀ। ਬਾਏ ਜੀ, ਚੰਗਾ ਫਿਰ ਗੱਲ ਕਰਾਂਗੇ। ਨਹੀਂ ਨਹੀਂ, ਮੈਂ ਤੁਹਾਡੀ ਗੱਲ ਤਾਂ ਸੁਣ ਲਓ ਜੀ ਮੇਰੀ। ਹਾਂਜੀ, ਦੱਸੋ। ਨਹੀਂ, ਗੱਲ ਇਹ ਵੀ ਲਵ ਮੈਰਿਜ ਇੱਦਾਂ ਨਹੀਂ ਸਾਡੀ ਅਰੇਂਜ ਮੈਰਿਜ ਹੀ ਹੈ ਹਿਸਾਬ ਨਾਲ, ਪਰ ਅਸੀਂ ਜਾਣਦੇ ਸੀ ਇੱਕ ਦੂਜੇ ਨੂੰ ਨਾ। ਅੱਛਾ ਅੱਛਾ ਅੱਛਾ, ਜਾਣਦੇ? ਨਹੀਂ, ਮੈਨੂੰ ਜਾਣਦੇ ਮਤਲਬ ਇੱਦਾਂ ਦੀ ਗਲਤ ਗੱਲ ਨਹੀਂ ਮੈਂ ਕਰਦਾ ਪਿਆ ਤੁਹਾਡਾ। ਨਹੀਂ, ਐਕਚੁਅਲੀ ਨਾ, ਉਹ ਮੈਨੂੰ ਪਹਿਲੀ ਵਾਰ ਵੇਖਣ ਆ ਰਹੇ ਨੇ, ਮੈਂ ਉਹਨਾਂ ਨੂੰ ਜਾਣਦੀ ਨਹੀਂ ਹੈਗੀ, ਤੇ ਮੈਂ ਆਪਣੇ ਵੱਲੋਂ ਤਿਆਰੀ ਕੀਤੀ ਹੈ। ਮੈਂ ਤੁਹਾਡੇ ਕੋਲੋਂ ਹਿੰਟ ਪੁੱਛਣੇ ਨੇ ਵੀ ਕਿਵੇਂ ਦਾ ਮੈਂ ਡੀਲ ਕਰਾਂ ਉਹਨਾਂ ਨਾਲ, ਕਿੱਦਾਂ ਬਿਹੇਵ ਕਰਾਂ। ਵੈਸੇ ਮਾੜਾ ਮੋਟਾ ਝੂਠ ਬੋਲਾਂ? ਨਹੀਂ, ਝੂਠ ਕਾਹਲੀ ਬੋਲਣਾ, ਤੁਸੀਂ ਸੱਚ ਬੋਲੋ ਤੁਸੀਂ। ਨਹੀਂ, ਹੁਣ ਮੰਮੀ ਕਹਿੰਦੀ ਆ ਅੱਜ ਜਿਹੜੇ ਸਮੋਸੇ ਲਿਆਂਦੇ ਆ, ਲਿਆਂਦੇ ਤੇ ਹਲਵਾਈ ਕੋਲੋਂ ਆ, ਉਹਨਾਂ ਨੇ ਕਹਿਣਾ ਵੀ ਇਹ ਕੁੜੀ ਨੇ ਬਣਾਏ ਆ। ਅੱਛਾ, ਤੇ ਇੰਨਾ ਕੁ ਚੱਲੂ ਝੂਠ? ਨਹੀਂ, ਝੂਠ ਥੋੜਾ ਹੋਰ ਬੋਲੋ ਵੀ, ਤੇ ਥੋੜਾ ਛੋਟਾ ਝੂਠ ਬੋਲਦੇ। ਇੰਨਾ ਕੀ ਬੋਲਣਾ, ਹੋਰ ਝੂਠ ਥੋੜੀ ਬੋਲਣਾ ਵੀ, ਇੰਨਾ ਵੱਡਾ ਝੂਠ ਥੋੜੀ ਬੋਲਦੇ ਨੇ ਵੀ ਸਾਡੀ ਕੁੜੀ ਤਾਂ ਜਮਾ ਹੀ ਨਹੀਂ ਬੋਲਦੀ ਜੀ। ਨਹੀਂ ਨਹੀਂ, ਤੁਸੀਂ ਤੇ ਬੋਲਦੇ ਬਹੁਤ ਵਧੀਆ ਸੋਹਣੇ ਲੱਗਦੇ ਹੋ। ਹਨਾ, ਬਸ ਜੇ ਉਹਨਾਂ ਨੂੰ ਪਤਾ ਲੱਗਿਆ ਵੀ ਬੋਲਦੇ ਸੋਹਣੇ ਹੋ ਤੇ ਫਿਰ ਉਹਨਾਂ ਨੇ ਆਪੇ ਰਿਸ਼ਤਾ ਕਰ ਲੈਣਾ, ਤੁਹਾਡੀ ਬੱਲੇ ਬੱਲੇ ਜਾਣੀ। ਬੱਲੇ ਬੱਲੇ ਹੋ ਜੂ? ਬਿਲਕੁਲ ਹੋ ਜੀ ਤੁਹਾਡੀ ਬੱਲੇ ਬੱਲੇ। ਪੱਕੀ ਗੱਲ, ਮੈਨੂੰ ਡਰ ਹੈ ਕਿ ਕਿਤੇ ਮੈਨੂੰ ਰਿਜੈਕਟ ਨਾ ਕਰ ਦੇਣ, ਬਸ ਆਇਓ ਡਰ ਹੈ। ਨਹੀਂ ਨਹੀਂ ਨਹੀਂ, ਤੁਹਾਡੀ ਵਾਲੀ ਕੋਈ ਕੋਈ ਰਿਜੈਕਟ ਕਰ ਹੀ ਨਹੀਂ ਸਕਦੇ, ਤੁਸੀਂ ਇੰਨਾ ਸੋਹਣਾ ਬੋਲਦੇ ਹੋ ਸੱਚੀ। ਤੇ ਮਤਲਬ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਚਲ ਤੁਹਾਡੀ ਤਾਂ ਲਵ ਮੈਰਿਜ ਹੈ, ਤੁਹਾਡੇ ਨਾਲ ਤਾਂ ਕੀ ਗੱਲ ਕਰੀਏ? ਹਾਂਜੀ ਹਾਂਜੀ, ਲਵ ਮੈਰਿਜ ਹੈ ਕਿ ਸੱਚੀ ਦੱਸਿਓ? ਲਵ ਵਿਦ ਅਰੇਂਜ, ਐਦਾਂ ਦਾ ਕੁਛ ਸੀਗਾ? ਹਾਂਜੀ, ਲਵ ਵਿਦ ਅਰੇਂਜ ਮਤਲਬ ਪਹਿਲੇ ਜਾਣਦੇ ਸੀ ਅਸੀਂ, ਮਤਲਬ ਬਾਅਦ ਵਿੱਚ ਮੈਂ ਇੱਥੇ ਅਮਰੀਕਾ ਹੋਇਆ ਹਾਂ ਤੇ ਮੇਰੀ ਜਿਹੜੀ ਵਾਈਫ ਹੈ ਉਹ ਕੈਨੇਡਾ ਤੋਂ ਆਈ ਹੈ ਮੇਰੇ ਕੋਲ। ਅੱਛਾ ਅੱਛਾ ਅੱਛਾ, ਵਾਹ ਜੀ ਵਾਹ, ਤੁਸੀਂ ਏਦਾਂ ਹੀ ਖੁਸ਼ ਰਹੋ। ਆਪਾਂ ਏਦਾਂ ਕਰਨੇ, ਅਗਲੇ ਕਾਲਰ ਨੂੰ ਪੁੱਛ ਲੈਣਾ ਵੀ ਉਹ ਕੀ ਕਹਿਣਾ ਚਾਹੁੰਦੇ ਨੇ। ਠੀਕ ਹੈ, ਬਿਲਕੁਲ, ਸਤਿ ਸ੍ਰੀ ਅਕਾਲ ਜੀ, ਟੇਕ ਕੇਅਰ, ਓਕੇ, ਗੁੱਡ ਲੱਕ। ਥੈਂਕ ਯੂ ਸੋ ਮਚ, ਥੈਂਕ ਯੂ ਜੀ। ਹੈਲੋ 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 ਹੈਲੋ, ਹਾਈ ਹਾਈ, ਕੌਣ ਬੋਲਦੇ? ਹਾਂਜੀ, ਤੁਸੀਂ ਕੌਣ ਬੋਲਦੇ? ਲਾਲੀਆ ਬੋਲਦਾ ਪਿਆ। ਕੌਣ ਬੋਲਦੇ? ਲਾਲੀਆ। ਕਿੱਥੋਂ ਬੋਲਦੇ? ਲਾਲੀਆ ਸਾਹ ਬੋਲਦਾ ਪਿਆ। ਓਕੇ 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 ਜੀ, ਓਕੇ ਓਕੇ। ਮੈਨੂੰ ਲੱਗਦਾ ਇਹਨਾਂ ਨੂੰ ਸਾਡੀ ਆਵਾਜ਼ ਨਹੀਂ ਆ ਰਹੀ, ਨਾ ਹੀ ਇਹਨਾਂ ਨੂੰ ਸਾਡੀ ਆਵਾਜ਼ ਆ ਰਹੀ, ਨਾ ਸਾਨੂੰ ਇਹਨਾਂ ਦੀ ਆਵਾਜ਼ ਵੀ ਨਹੀਂ ਆ ਪਾ ਰਹੀ ਪ੍ਰੋਪਰਲੀ। ਕੋਈ ਗੱਲ ਨਹੀਂ ਜੀ, ਅਗਲੇ ਕਾਲਰ ਨੂੰ ਲੈਣੇ। ਹੈਲੋ, ਸਤਿ ਸ਼੍ਰੀ ਅਕਾਲ ਛੋਟੀ ਗੁਲਾਬੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਹੈ। ਕੀ ਨਾਂ ਤੁਹਾਡਾ? ਗੁਰਚਰਨ। ਕਿੱਥੋਂ ਬੋਲਦੇ? ਨਾਰਥ ਕੈਰੋਲਾਈਨਾ। ਮੈਨੂੰ ਪਤਾ ਆ, ਮੈਂ ਤਾਂ ਸਾਰੇ ਕਾਲਰਸ ਨੂੰ ਦੱਸਣਾ ਆਇਆ ਵੀ ਤੁਹਾਡਾ ਕਾਲ ਆ ਗਿਆ। ਹਾਂਜੀ, ਕੀ ਹਾਲ ਚਾਲ ਨੇ? ਵਧੀਆ। ਹਾਂਜੀ ਹਾਂਜੀ, ਉਹ ਤੁਸੀਂ ਮੋਸਟ ਵੈਲਕਮ, ਯੂ ਕਮ ਬੈਕ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਮੈਨੂੰ ਪਤਾ ਤੁਸੀਂ ਮੈਨੂੰ ਮਿਸ ਕਰ ਰਹੇ ਸੀਗੇ ਨਾ? ਹਾਂਜੀ ਹਾਂਜੀ, ਮਿਸ ਕਰ ਰਹੇ ਸੀ, ਹੈ ਨਾ। ਐਕਚੁਅਲੀ ਮੈਂ ਨਾ ਆਪਣੇ ਵਿਆਹ ਦੀਆਂ ਤਿਆਰੀਆਂ ਕਰਨ ਗਈ ਹੋਈ ਸੀ ਕਿ ਮੈਨੂੰ ਅੱਜ ਮੁੰਡੇ ਵਾਲਿਆਂ ਨੇ ਵੇਖਣ ਆਉਣਾ ਆ। ਅੱਛਾ, ਤੇ ਮੈਂ ਸੂਟ ਸਵਾਣ ਗਈ ਸੀ, ਵੰਗਾ ਲੈਣ ਗਈ ਸੀਗੀ ਤੇ ਮੇਕਅਪ ਮੁਕਅਪ ਕਰਾ ਕੇ, ਤੇ ਹੁਣ ਆ ਗਈ ਹਾਂ ਇੱਥੇ, ਤੇ ਹੁਣ ਤੁਸੀਂ ਮੈਨੂੰ ਦੱਸਣਾ ਆ ਵੀ ਮੈਂ ਮਤਲਬ ਪਸੰਦ ਆ ਜੂੰਗੀ ਉਹਨਾਂ ਨੂੰ? ਲੈ ਜ਼ਰੂਰ ਪਸੰਦ, ਕਿਉਂ ਨਹੀਂ ਆਉਂਗੇ, ਜ਼ਰੂਰ ਪਸੰਦ ਆ ਜਾਣਾ। ਹਾਏ, ਸੱਚੀ ਗੱਲ ਹੈ? ਫਿਰ ਤੁਸੀਂ ਇਹ ਨਾ ਕਰਿਓ ਵੀ ਜੇ ਪਸੰਦ ਆ ਗਏ ਤੇ ਵਿਆਹ ਕਰਾ ਕੇ ਤੁਸੀਂ ਸਾਨੂੰ ਹੀ ਛੱਡ ਜਾਓ, ਨਾ ਐ ਨਾ ਕਰਿਓ। ਨਹੀਂ ਨਹੀਂ ਨਹੀਂ, ਮੈਂ ਇੱਕੋ ਹੀ ਡਿਮਾਂਡ ਰੱਖਣੀ ਆ ਵੀ ਵਿਆਹ ਤੋਂ ਬਾਅਦ ਵੀ ਨਾ ਮੈਂ ਗੱਲਾਂ ਵਿਦ ਗੁਲਾਬੋ ਕਰੀ ਹੋਈ ਜਾਣੀ ਆ। ਹਾਂਜੀ, ਨਹੀਂ ਨਹੀਂ, ਉਹ ਤੁਹਾਨੂੰ ਉਹਨਾਂ ਨੇ ਪਸੰਦ ਤਾਂ ਵਹਿੰਦਾ ਹੀ ਕਰ ਲੈਣਾ, ਐਸੀ ਕੋਈ ਗੱਲ ਨਹੀਂ, ਉਹ ਨਾ ਬਰੀ ਕਰੋ। ਬਾਕੀ ਜਿਹੜੀ ਸਮੋਸਿਆਂ ਵਾਲੀ ਗੱਲ, ਉਹ ਕਿਹੜਾ ਸਮੋਸੇ ਪੁੱਛਣਗੇ ਵੀ ਕਿਹਨੇ ਬਣਾਏ, ਅਗਲੇ ਨੂੰ ਤਾਂ ਦਵਾ ਦਵ ਖਾ ਲੈਣੇ। ਉਹ ਨਹੀਂ ਹੁੰਦਾ ਆ ਨਾ ਵੀ ਉਹ ਘਰ ਦੇ ਕਹਿ ਦਿੰਦੇ ਨੇ ਆ ਵੇਖੋ ਜਲੇਬੀਆਂ ਖਾਓ ਸਾਡੀ ਕੁੜੀ ਨੇ ਬਣਾਈਆਂ, ਆ ਕਚੋਰੀਆਂ ਖਾਓ ਸਾਡੀ ਕੁੜੀ ਨੇ ਬਣਾਈਆਂ, ਆ ਵੇਖੋ। ਮੈਨੂੰ ਮਤਲਬ ਮੈਂ ਸਮੋਸੇ ਆਪੇ, ਤੁਸੀਂ ਸੋਚੋ ਵੀ ਜਿਹੜੀ ਕੁੜੀ ਦਾ ਵਿਆਹ ਹੋਣ ਵਾਲਾ ਹੋਏ ਉਹ ਪਹਿਲਾਂ ਸਮੋਸੇ ਤਲਣ ਲੱਗ ਜੂਗੀ। ਹੁਣ ਉਹ ਘਰ ਦੇ ਕਹੀ ਜਾਣ ਵੀ ਬਣਾਈਆਂ, ਉਹ ਚਾਹੇ ਉਹ ਚਾਹੇ ਝੂਠ ਬੋਲੀ ਜਾਣ ਚਾਹੇ ਸੱਚ ਬੋਲੀ ਜਾਣ, ਤੁਸੀਂ ਚੁੱਪ ਕਰਕੇ ਬਸ ਮਾੜਾ ਮੋਟਾ ਜਿੱਧਰ ਨੂੰ ਠੀਕ ਲੱਗਿਆ ਸਿਰ ਹਿਲਾ ਦਿਓ, ਚਾਹੇ ਉਹ ਹਾਂ ਚ ਸਮਝ ਲੈਣ ਚਾਹੇ ਨਾ ਸਮਝ ਲੈਣ, ਮਗਰੋਂ
ਜਦੋਂ ਸਮੋਸੇ ਨਾ ਬਣਾਉਣੇ ਆਏ ਉਦੋਂ ਕਹਿ ਦਿਓ ਵੀ ਮੈਂ ਥੋੜੂ ਕਿਹਾ ਸੀ। ਬਸ ਮੈਂ ਆਹੀ ਗੱਲ ਤੁਹਾਡੀ ਹੁਣ ਲਿਖ ਕੇ ਰੱਖ ਲੈਣੀ ਆ ਤੇ ਮੈਨੂੰ ਇਹ ਨਾ ਹੋਏ ਬਸ ਕਿ ਉਹਨਾਂ ਸਾਹਮਣੇ ਚੇਤਾ ਭੁੱਲ ਜਾ ਮੈਂ ਤੁਹਾਡੀ ਗੱਲ ਨੋਟ ਕਰ ਲਿਆ। ਥੈਂਕ ਯੂ ਸੋ ਮਚ ਜੀ ਮੈਨੂੰ ਇੰਨੀਆਂ ਵਿਸ਼ਿਸ ਦੇਣ ਵਾਸਤੇ ਵੀ ਮੈਨੂੰ ਅੱਜ ਰਿਜੈਕਸ਼ਨ ਦਾ ਕੋਈ ਲੋੜ ਹੀ ਹੈ ਨਹੀਂ ਨਾ ਹੀ ਕੋਈ ਪੁਆਇੰਟ ਹੈ ਰਿਜੈਕਸ਼ਨ ਦਾ ਅੱਜ ਐਕਸੈਪਟ ਹੋ ਹੀ ਜਾਣਾ ਮੈਂ ਹੈ ਨਾ। ਹਾਂਜੀ ਥੈਂਕ ਯੂ ਸੋ ਮਚ। ਓਕੇ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ? ਲਾਲੀਆ ਸਾਹਿਬ। ਵਾਲੀਆ ਸਾਹਿਬ ਕਿੱਥੋਂ ਬੋਲ ਰਹੇ ਤੁਸੀਂ? ਨਿਊਯਾਰਕ ਤੋਂ। ਨਿਊਯਾਰਕ ਤੋਂ ਓਕੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਤੁਸੀਂ? ਹੈਲੋ ਆ ਮੈਨੂੰ ਲੱਗਦਾ ਜਿਹੜੇ ਮੁੰਡੇ ਵਾਲੇ ਨੇ ਨਾ ਆਹੀ ਫੋਨ ਕਰਾ ਰਹੇ ਨੇ ਜਾਣ ਜਾਣ ਕੇ ਪੰਗੇ ਲੈਣ ਵਾਸਤੇ ਦੇਖਣ ਵਾਸਤੇ ਵੀ ਕੁੜੀ ਭਲਾ ਜ਼ਿਆਦਾ ਤਾਂ ਨਹੀਂ ਬੋਲਦੀ ਕਿਤੇ। ਮੈਨੂੰ ਤਾਂ ਬਸ ਇੱਕੋ ਹੀ ਡਰ ਆ। ਚਲੋ ਕੋਈ ਗੱਲ ਨਹੀਂ ਜੀ ਡਰਨ ਦੀ ਕਿਹੜੀ ਲੋੜ ਹੈ। ਹੁਣ ਮੈਨੂੰ ਜਿੱਦਾਂ ਮੇਰੇ ਕਾਲਰ ਨੇ ਦੱਸਿਆ ਆ ਵੀ ਤੁਸੀਂ ਡਰਨਾ ਬਿਲਕੁਲ ਨਹੀਂ ਹੈਗਾ, ਤੁਸੀਂ ਚੁੱਪ ਕਰਕੇ ਜੋ ਜੋ ਕੁਛ ਹੈਗਾ ਸੱਚ ਬੋਲੀ ਜਾਣਾ ਅਤੇ ਆਪ ਐਕਸੈਪਟ ਹੋ ਜੂੰਗੀ, ਨਾਲੇ ਮੈਂ ਤਾਂ ਸੋਹਣੀ ਵੀ ਬਾਹਲੀ ਆ। ਚਲੋ ਕੋਈ ਗੱਲ ਨਹੀਂ ਜੀ ਮੈਂ ਮਾੜੀ ਜਿਹੀ ਤਿਆਰੀਆਂ ਹੋਰ ਕਰ ਲਾਂ, ਵੇਖ ਲੈਂ ਕਿ ਸਮੋਸੇ ਸਮੋਸੇ ਠੰਡੇ ਤਾਂ ਨਹੀਂ ਹੋ ਗਏ। ਉਨੀ ਦੇਰ ਤੱਕ ਇੱਕ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ ਲੈਣਾ ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਸਾਡਾ ਚਿੜੀਆਂ ਦਾ ਚੰਬਾਵੇ ਬਾਬਲ ਅਸਾਂ ਉੱਡ ਜਾਣਾ। ਹਾਂ ਮੈਂ ਤਾਂ ਗਾਣਾ ਵੀ ਤਿਆਰ ਕਰ ਲਿਆ ਵੀ ਜਦੋਂ ਮੇਰੀ ਵਿਦਾਈ ਹੋਊਗੀ ਨਾ ਮਤਲਬ ਅਤੇ ਉਦੋਂ ਇੱਦਾਂ ਦੇ ਗਾਣੇ ਚੱਲਦੇ ਅਤੇ ਮਾੜਾ ਜਿਹਾ ਸੀਰੀਅਸ ਵੀ ਹੋਣਾ ਪੈਂਦਾ ਆ, ਸਮਝੋ ਤੁਸੀਂ। ਹਾਂ ਬ੍ਰੇਕ ਤੋਂ ਬਾਅਦ ਆਪਾਂ ਫਿਰ ਉਹੀ ਗੱਲਾਂ ਕਰਨੀਆਂ ਆ ਵੀ ਜਦੋਂ ਵਿਆਹ ਦੇ ਵਿੱਚ ਕੋਈ ਕੁੜੀ ਨੂੰ ਕੋਈ ਮੁੰਡੇ ਵਾਲੇ ਵੇਖਣ ਆਉਂਦੇ ਨੇ ਜਿੱਦਾਂ ਅੱਜ ਮੈਨੂੰ ਵੇਖਣ ਆਉਣ ਵਾਲੇ ਨੇ ਅਤੇ ਉਹ ਕੀ ਤਿਆਰੀਆਂ ਕਰਦੇ ਨੇ, ਨਾਲੇ ਜਿਹੜੇ ਮੁੰਡੇ ਵਾਲੇ ਨੇ ਉਹ ਕੀ ਸੋਚ ਕੇ ਆਉਂਦੇ ਨੇ, ਮਤਲਬ ਉਹ ਪਹਿਲਾਂ ਹੀ ਸੋਚ ਕੇ ਆਉਂਦੇ ਨੇ ਵੀ ਨਹੀਂ ਅੱਜ ਤਾਂ ਕੁੜੀ ਰਿਜੈਕਟ ਕਰ ਹੀ ਦੇਣੀ ਆ, ਹੈ ਨਾ ਅੱਜ ਵੀਰਵਾਰ ਆ ਅੱਜ ਦੀ ਕੁੜੀ ਐਕਸੈਪਟ ਕਰਨੀ, ਹੈ ਨਾ। ਜਾਂ ਫਿਰ ਮਤਲਬ ਉਹਨਾਂ ਨੇ ਵੀ ਹੁੰਦਾ ਆ ਪ੍ਰਾਇਰਟੀਜ਼ ਤਾਂ ਕੁਛ ਹੁੰਦੀਆਂ ਹੋਣੀਆਂ ਨਾ ਵੀ ਕੁੜੀ 'ਚ ਇਹ ਵੀ ਗੁਣ ਹੋਣੇ ਚਾਹੀਦੇ ਆ, ਉਹ ਵੀ ਗੁਣ ਹੋਣੇ ਚਾਹੀਦੇ ਆ, ਜਿਹੜੇ ਜਿਹੜੇ ਕਿ ਮੇਰੇ 'ਚ ਸਾਰੇ ਹੈਗੇ ਨੇ, ਹੈ ਨਾ ਮਤਲਬ। ਅਤੇ ਫਿਰ ਸਾਰੀਆਂ ਗੱਲਾਂ ਹੁੰਦੀਆਂ ਨੇ, ਤੁਹਾਨੂੰ ਕੀ ਪਤਾ ਹੋਏ ਤੁਸੀਂ ਮੈਨੂੰ ਫੋਨ ਕਰੋਗੇ ਤਾਂ ਪਤਾ ਲੱਗੇਗਾ ਨਾ। ਫੋਨ ਕਰਨਾ ਜੀ 3 4 7 2 5 2 1 2 3 2 ਅਤੇ ਗੱਲਾਂ ਕਰਾਂਗੇ ਜੀ ਇਸੇ ਟੋਪਿਕ ਦੇ ਉੱਪਰ। ਤੁਸੀਂ ਮੈਨੂੰ ਦੱਸਣਾ ਹੈ ਜਿਹੜੀ ਕੁੜੀਆਂ ਨੇ ਉਹਨਾਂ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਵੀ ਜਦੋਂ ਵਿਆਹ ਦੀ ਗੱਲ ਚੱਲਦੀ ਆ ਅਤੇ ਉਹ ਕਿੱਦਾਂ ਸ਼ਰਮਾਉਂਦੀਆਂ ਨੇ, ਮਤਲਬ ਇੱਦਾਂ ਕਰਕੇ ਕਿ ਮਤਲਬ ਇੱਦਾਂ ਕਰਕੇ। ਹਾਂ ਮੈਨੂੰ ਘਰਦਿਆਂ ਨੇ ਦੱਸਿਆ ਵੀ ਜਦੋਂ ਤੇਰੇ ਨਾਲ ਗੱਲ ਕਰਨਗੇ ਨਾ ਵੀ ਫਿਰ ਤੁਹਾਨੂੰ ਪਸੰਦ ਆ ਮੁੰਡਾ ਜਾਂ ਇੱਦਾਂ, ਫਿਰ ਤੂੰ ਮਤਲਬ ਮਾੜਾ ਜਿਹਾ ਨੀਵੀ ਜੀ ਪਾ ਕੇ ਨਾ ਮਤਲਬ ਐਂ ਕਰਕੇ ਅਤੇ ਫਿਰ ਇੱਦਾਂ ਜਿਹਾ ਕਰ ਲੈਣਾ ਵੀ ਹਾਂ ਜਿੱਦਾਂ ਸ਼ਰਮਾਉਣ ਦੀ ਐਕਟਿੰਗ ਕਰਨੀ ਆ। ਮੈਂ ਕਿਹਾ ਕੋਈ ਗੱਲ ਨਹੀਂ ਜੀ ਆਪਾਂ ਤਾਂ ਮਤਲਬ ਓਵਰ ਐਕਟਿੰਗ ਕਰ ਦਈਏ, ਚੱਕਰ ਹੀ ਕੋਈ ਨਹੀਂ। ਹਾਂ ਨਾਲੇ ਇੱਕ ਮਿੰਟ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਵੀ ਜਦੋਂ ਤੁਸੀਂ ਭਾਬੀ ਜੀ ਨੂੰ ਵੇਖਣ ਗਏ ਸੀਗੇ ਤਾਂ ਮਤਲਬ ਪਹਿਲੀ ਵਾਰ 'ਚ ਐਕਸੈਪਟ ਕਰ ਲਿਆ ਸੀਗਾ ਜਾਂ ਫਿਰ ਇਕੱਲੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਜਾਂ ਫਿਰ ਉਹਨਾਂ ਕੋਲੋਂ ਪੁੱਛਿਆ ਸੀਗਾ ਵੀ ਤੈਨੂੰ ਸਿਲਾਈ ਕਢਾਈ ਆਉਂਦੀ ਆ ਜਾਂ ਤੈਨੂੰ ਰੋਟੀ ਬਣਾਉਣੀ ਆਉਂਦੀ ਆ ਜਾਂ ਫਿਰ ਤੂੰ ਜ਼ਿਆਦਾ ਘੁੰਮਣ 'ਤੇ ਨਹੀਂ ਜਾਂਦੀ ਬਾਹਰ, ਹਾਂ ਜਾਂ ਫਿਰ ਤੂੰ ਕਿੰਨਾ ਪੜ੍ਹੀ ਹੋਈ ਆ। ਦੇਖੋ ਜੀ ਮੈਂ ਤਾਂ ਪੂਰਾ ਪੜ੍ਹੀ ਹੋਈ ਹਾਂ, 9 ਵਜੇ ਤੋਂ ਲੈ ਕੇ 12 ਵਜੇ ਤੱਕ ਮੈਂ ਪੜ੍ਹੀ ਹੋਈ ਹਾਂ। ਹਾਂ ਹੁਣ ਤੁਸੀਂ ਮੈਨੂੰ ਦੱਸਣਾ। ਹੈਲੋ ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਕਹਿਣਾ ਚਾਹੁੰਦਾ ਸੀ ਤੁਸੀਂ ਤਾਂ ਭਾਗਾਂ ਵਾਲੇ ਆ ਵੀ ਆਪਣਾ ਜਿਹੜੇ ਆਪਣੇ ਪੇਰੈਂਟ ਫਿਰ ਇੱਦਾਂ ਅਰੇਂਜ ਮੈਰਿਜ ਕਰਦੇ ਹੈਗੇ ਉਹ ਉਹਨਾਂ ਸਭ ਕੁਛ ਪਹਿਲਾਂ ਉਹਨਾਂ ਨੇ ਜਿਹੜਾ ਐਕਸਪੀਰੀਅੰਸ ਹੁੰਦਾ ਉਹਨਾਂ ਨੂੰ ਜਨਰੇਸ਼ਨਾਂ ਦਾ ਉਹ ਆਪਣਾ ਉਹਦੇ ਥਰੂ ਕਰਕੇ ਫਿਰ ਤੁਹਾਨੂੰ ਮਿਲਾਉਣ ਲੱਗੇ ਉਹ ਮੇਰਾ ਨਹੀਂ ਖਿਆਲ ਤੁਹਾਨੂੰ ਬੜੀ ਟੈਨਸ਼ਨ ਲੈਣੀ ਚਾਹੀਦੀ। ਥੈਂਕ ਯੂ ਸੋ ਮਚ ਜੀ ਤੁਸੀਂ ਇੰਨਾ ਵਧੀਆ ਮੇਰੇ ਬਾਰੇ ਕਿਹਾ, ਪਰ ਤੁਸੀਂ ਆਪਣਾ ਨਾਮ ਨਹੀਂ ਦੱਸਿਆ। ਮੇਰਾ ਨਾਮ ਪਾਲ ਹੈ ਜੀ। ਓਕੇ ਕਿੱਥੋਂ ਬੋਲਦੇ? ਮੈਂ ਕੈਲਗਰੀ ਤੋਂ ਬੋਲ ਰਹੀ ਹਾਂ। ਅੱਛਾ ਜੀ ਮੈਨੂੰ ਤੁਹਾਨੂੰ ਵਧੀਆ ਲੱਗਾ ਕਿ ਮੈਂ ਅਰੇਂਜ ਮੈਰਿਜ ਕਰਾ ਰਹੀ ਹਾਂ ਆਪਣੇ ਪੇਰੈਂਟਸ ਦੀ ਮਰਜ਼ੀ ਨਾਲ, ਹੈ ਨਾ। ਹਾਂਜੀ ਨਹੀਂ ਤਾਂ ਆਪਣੇ ਤੁਸੀਂ ਵੀ ਭਾਗਾ ਵਾਲੇ ਨਹੀਂ ਤਾਂ ਆਪਣੇ ਤੁਹਾਨੂੰ ਪਤਾ ਲਵਰਾਂ ਨੇ ਆਪਣੀਆਂ ਬੇਟੀਆਂ ਦੀ ਆਪਣੇ ਪੇਰੈਂਟਾਂ ਦੀ ਸੋਸ਼ਲ ਸਿਸਟਮ ਦੀ ਕੀ ਹਾਲਤ ਕੀਤੀ ਹੋਈ ਹੈ। ਹਾਂਜੀ ਹਾਂਜੀ ਤੁਸੀਂ ਦੱਸੋ ਆਪਣੇ ਨਹੀਂ ਹੁਣ ਆਪਣੇ ਮੈਂ ਪੜ੍ਹਿਆ ਸੀ ਸਟੱਡੀ ਆਪਣੇ ਹਾਰਵਰਡ ਯੂਨੀਵਰਸਿਟੀ ਤੋਂ ਕੀਤੀ, ਉਹਨਾਂ ਨੇ ਕਿਹਾ ਵੀ 2% ਲਵ ਮੈਰਿਜ 2% ਅਰੇਂਜ ਮੈਰਿਜ ਫੇਲ ਹੁੰਦੀਆਂ 54% ਲਵ ਮੈਰਿਜ ਫੇਲ ਹੁੰਦੀਆਂ। ਆਪਣੇ ਬੱਚਿਆਂ ਦੀ ਸੇਫਟੀ ਵਾਸਤੇ ਆਪਣੇ ਸਮਾਜ ਦੇ ਵਿੱਚ ਸ਼ਾਂਤੀ ਰੱਖਣ ਵਾਸਤੇ ਆਪਣੇ ਤੁਸੀਂ ਜਦੋਂ ਮੈਮ ਨੂੰ ਦੇਖਣ ਗਏ ਸੀਗੇ ਤੁਹਾਨੂੰ ਪਹਿਲੀ ਵਾਰ ਪਸੰਦ ਆ ਗਏ ਸੀ ਮੈਮ ਜਾਂ
ਤੁਸੀਂ ਦੋ ਤਿੰਨ ਕੁੜੀਆਂ ਵੇਖੀਆਂ ਫਿਰ ਉਸ ਤੋਂ ਬਾਅਦ? ਨਹੀਂ ਅਸੀਂ, ਮੈਂ ਦੇਖਿਆ ਮੇਰੇ ਪੇਰੈਂਟਾਂ ਨੇ ਜਾਂ ਮੇਰੀ ਸਿਸਟਰ ਨੇ ਦੇਖਿਆ ਸੀ, ਉਹਨਾਂ ਨੇ ਆ ਕੇ ਦੱਸਿਆ ਸੀ ਵੀ ਆ। ਮੇਰਾ ਖਿਆਲ ਜਦੋਂ ਅਰੇਂਜ ਮੈਰਿਜ ਹੁੰਦੀ ਹੈ, ਮੈਰਿਜ ਇਹਦੇ ਨਾਲ ਲਾਭ ਆਪਾਂ ਕਹਿੰਦੇ ਲਾਭ ਹੈਗਾ, ਇਹ ਡਿਵੋਸ਼ਨ ਹੈਗਾ। ਹਾਂਜੀ, ਜਿਹੜਾ ਅਰੇਂਜ ਮੈਰਿਜ ਦਾ ਹੋਲ ਕਨਸੈਪਟ ਹੈਗਾ ਉਹ ਡਿਵੋਸ਼ਨ ਕ੍ਰੀਏਟ ਕਰਦਾ। ਜਦੋਂ ਆਪਾਂ ਫਿਰ ਆਪਾਂ ਇੱਕ ਦੂਸਰੇ ਨੂੰ ਦੇਖਦੇ ਨਹੀਂ, ਉਹਦਾ ਮੀਨਸ ਹੁੰਦਾ ਵੀ ਆਪਾਂ ਜਿਵੇਂ ਪਰਮਾਤਮਾ ਨੂੰ ਕਿਸੇ ਨੇ ਦੇਖਿਆ ਨਹੀਂ ਰਹੇ। ਹਾਂਜੀ, ਮੇਰਾ ਖਿਆਲ ਵੀ ਉਹ ਇੱਕ ਤਰ੍ਹਾਂ ਦਾ ਡਿਵੋਸ਼ਨ ਕ੍ਰੀਏਟ ਹੋ ਜਾਂਦਾ ਵੀ ਜਿਹੜੀਆਂ ਮੇਰੀ ਆਪਾਂ ਜਦੋਂ ਮੈਰਿਜ ਹੁੰਦੀ ਆਪਾਂ ਨੂੰ ਇੱਦਾਂ ਲੱਗਣ ਲੱਗ ਜਾਂਦਾ ਵੀ ਆਈ ਨੋ ਸਮਬਡੀ ਫਰੋਮ ਜਨਰੇਸ਼ਨ। ਕੀ ਬਾਤ ਹੈ ਸਰ, ਵਾਹ, ਬਹੁਤ ਵਧੀਆ ਲੱਗਾ ਸਰ ਤੁਹਾਡੇ ਨਾਲ ਗੱਲ ਕਰਕੇ। ਨਹੀਂ, ਸਪਿਰਿਚੁਅਲ ਗੱਲਾਂ ਤੁਸੀਂ ਕੀਤੀਆਂ ਨਾ, ਵਧੀਆ ਮੈਨੂੰ ਤੁਸੀਂ ਪੁਆਇੰਟ ਨੋਟ ਕਰਵਾਇਆ ਕਿ ਮੇਰੀ ਵੀ ਨਾਲੇ ਤਾਰੀਫ ਕੀਤੀ, ਨਾਲੇ ਤੁਸੀਂ ਮੈਨੂੰ ਆਪਣੇ ਕਲਚਰ ਬਾਰੇ ਵੀ ਦੱਸਿਆ ਵੀ ਇਹ ਬਹੁਤ ਵਧੀਆ ਚੀਜ਼ ਹੈ, ਹੈ ਨਾ, ਵੀ ਮੈਂ ਅਰੇਂਜ ਮੈਰਿਜ ਕਰਾ ਰਹੀ, ਨਾਲੇ ਉਹਨਾਂ ਦੇ ਹਿਸਾਬ ਨਾਲ ਤੁਰਿਆ। ਥੈਂਕ ਯੂ ਸੋ ਮਚ ਸਰ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਸ਼ੁਕਰੀਆ। ਹੈਲੋ ਹੈਲੋ, ਹਾਈ, ਹਾਂਜੀ, ਸਤਿ ਸ਼੍ਰੀ ਅਕਾਲ, ਹਾਂਜੀ, ਕੌਣ ਬੋਲਦੇ? ਮੈਂ ਰਜਿੰਦਰ ਬੋਲ ਰਿਹਾ। ਅੱਛਾ, ਕਿੱਥੋਂ ਬੋਲ ਰਹੇ ਹੋ? ਅਸੀਂ ਸੈਕਰਾਮੈਂਟੋ ਤੋਂ। ਓਕੇ, ਤੇ ਕੀ ਕਹਿਣਾ ਚਾਹੋਗੇ ਅੱਜ? ਇਹ ਜਿਹੜਾ ਵਿਸ਼ਾ ਰੱਖਿਆ ਤੁਸੀਂ ਬਈ ਅਰੇਂਜ ਮੈਰਿਜ ਦਾ, ਬਹੁਤ ਵਧੀਆ। ਅੱਛਾ, ਮਤਲਬ ਤੁਹਾਡੀ ਵੀ ਅਰੇਂਜ ਮੈਰਿਜ ਹੀ ਹੋਈ ਆ? ਸਾਡੀ ਵੀ ਅਰੇਂਜ ਮੈਰਿਜ ਹੋਈ ਆ, ਤੇ ਮੇਰੀ ਡਾਟਰ ਵੀ ਆ, ਉਹਦੀ ਅਸੀਂ ਅਰੇਂਜ ਮੈਰਿਜ ਕਰ ਰਹੇ ਹਾਂ। ਅੱਛਾ, ਤੇ ਐਕਚੁਅਲੀ ਕੀ ਹੈ, ਅੱਜ ਨਾ ਮੈਨੂੰ ਮੁੰਡੇ ਵਾਲਿਆਂ ਨੂੰ ਵੇਖਣ ਆਉਣਾ ਸੀਗਾ, ਅਤੇ ਮੈਂ ਤਿਆਰੀਆਂ ਸ਼ਾਰੀਆਂ ਤਾਂ ਕਰ ਲਈਆਂ। ਹਾਂਜੀ ਹਾਂਜੀ, ਮੈਂ ਛੁੜ ਮਾਰੀਆਂ ਵੇਖੋ, ਹੈ ਨਾ, ਅਤੇ ਮੈਂ ਤਿਆਰੀਆਂ ਸ਼ਾਰੀ ਤਾਂ ਪੂਰੀਆਂ ਕਰ ਲਈਆਂ ਸੀਗੀਆਂ, ਅਤੇ ਮੈਂ ਸੋਚਿਆ ਕਰੀ ਕਿਉਂ ਨਾ ਆਪਣੇ ਕਾਲਰਸ ਨੂੰ ਪੁੱਛ ਲਈਏ ਵੀ ਜਦੋਂ ਉਹ ਕਿਸੇ ਕੁੜੀ ਨੂੰ ਵੇਖਣ ਗਏ ਸੀ ਜਾਂ ਕਿਸੇ ਕੁੜੀ ਨੂੰ ਜਦੋਂ ਮੁੰਡੇ ਵਾਲੇ ਵੇਖਣ ਆਏ ਸੀਗੇ, ਤਾਂ ਉਹਨਾਂ ਨੇ ਕਿੱਦਾਂ ਦੀਆਂ ਤਿਆਰੀਆਂ ਕੀਤੀਆਂ ਸੀਗੀਆਂ, ਜਾਂ ਫਿਰ ਤੁਹਾਡੀਆਂ ਪ੍ਰਾਇਰਟੀਜ਼ ਕੀ ਹੁੰਦੀਆਂ ਜਦੋਂ ਤੁਸੀਂ ਵੇਖਣ ਜਾਂਦੇ ਹੋ ਕਿਸੇ ਕੁੜੀ ਨੂੰ, ਹੈ ਨਾ, ਮਤਲਬ ਬੰਦਾ ਕਹਿੰਦਾ ਹੀ ਆ ਵੀ ਤੁਸੀਂ, ਹੈ ਨਾ, ਕਈਆਂ ਦੀ ਪੜ੍ਹਾਈ ਹੁੰਦੀ ਆ ਪ੍ਰਾਇਰਟੀ, ਕਈਆਂ ਦੀ ਸਿਲਾਈ ਬੁਣਾਈ ਹੁੰਦੀ ਪ੍ਰਾਇਰਟੀ, ਕਈਆਂ ਦੀ ਹੁੰਦੀ ਆ ਘਰ ਦਾ ਕੰਮ ਜਾਣਦੇ ਹੋਏ, ਇੱਦਾਂ ਕੁਛ ਹੁੰਦਾ ਆ? ਕੁੜੀ ਸੋਹਣੀ ਨੀ ਹੈਗੀ, ਏਦਾਂ ਦਾ ਕੋਈ ਪੁਆਇੰਟ ਤੁਸੀਂ ਮੈਨੂੰ ਦੱਸੋ, ਕਹਿ ਤੇ ਨਹੀਂ ਦੇਣੀ? ਨਹੀਂ ਨਹੀਂ, ਤੁਸੀਂ ਤਾਂ ਬਹੁਤ ਸੋਹਣੇ ਹੋ। ਮੈਂ ਜਾਣ ਕੇ ਪੁੱਛਿਆ ਤੁਹਾਨੂੰ ਵੀ ਤੁਸੀਂ ਇਹੀ ਕਹਿ ਦਿਓ, ਹੈ ਨਾ, ਤੇ ਅੱਛਾ, ਮਤਲਬ ਤੁਹਾਨੂੰ ਵਧੀਆ ਲੱਗਾ ਵੀ ਮੈਂ ਅਰੇਂਜ ਮੈਰਿਜ ਕਰਾ ਰਹੀ ਆ? ਹਾਂ, ਬਹੁਤ ਵਧੀਆ ਲੱਗਿਆ, ਹੈ ਨਾ। ਤੇ ਮੁੰਡੇ ਵਾਲੇ ਪਤਾ ਕਿੱਥੇ ਦੇ ਨੇ? ਕੈਨੇਡਾ ਦੇ ਨੇ ਮੁੰਡੇ ਵਾਲੇ ਵੀ? ਕੈਨੇਡਾ ਵਾਲੇ ਨੇ, ਬਹੁਤ ਵਧੀਆ। ਹੋਰ ਕੀ, ਇੰਨੀ ਦੂਰ ਆ ਰਹੇ ਨੇ ਮੈਨੂੰ ਵੇਖਣ, ਥੱਕੇ ਹੋਣੇ ਆ, ਮੈਂ ਤਾਂ ਉਹਨਾਂ ਲਈ ਸਮੋਸੇ ਵੀ ਬਣਾ ਲਏ। ਮੈਂ ਬਣਾਏ ਨੀ, ਮੈਂ ਤਾਂ ਜੀਤੂ ਹਲਵਾਈ ਕੋਲੋਂ ਲਿਆਉਂਦੇ ਆ, ਪਰ ਕਹਿਣਾ ਆਪਾਂ ਇਹੀ ਆ ਵੀ ਮੈਂ ਬਣਾਏ ਆ, ਹਨਾ, ਇਹ ਕਹਿ ਦਈਏ ਆਪਾਂ, ਹਨਾ। ਠੀਕ ਹੈ ਜੀ, ਕੋਈ ਚੱਕਰ ਨੀ, ਮੈਨੂੰ ਇਹ ਦੱਸੋ ਵੀ ਤੁਹਾਡੇ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਨੇ ਵੀ ਇਹੀ ਕ੍ਰਾਈਟੀਰੀਆ ਅਪਣਾਇਆ ਸੀਗਾ? ਏਦਾਂ ਦਾ ਹੀ ਕਰਾਇਆ ਸੀਗਾ, ਏਦਾਂ ਹੀ, ਹਨਾ, ਮਤਲਬ ਮੈਂ ਸਹੀ ਜਾ ਰਹੀ ਹਾਂ? ਬਿਲਕੁਲ ਬਿਲਕੁਲ ਸਹੀ ਹੈ। ਠੀਕ ਹੈ ਜੀ, ਠੀਕ ਹੈ, ਹੋਰ ਕੁਛ ਕਹਿਣਾ ਚਾਹੋਗੇ? ਨਹੀਂ, ਬਸ ਜੀ, ਬਸ ਜੀ, ਓਕੇ ਜੀ, ਥੈਂਕ ਯੂ ਸੋ ਮਚ ਜੀ, ਤੁਹਾਡਾ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਓਕੇ ਜੀ, ਆ ਵੇਖ ਲਓ ਜੀ, ਸਾਡੇ ਸਾਰੇ ਕਾਲਜ ਇੱਕੋ ਹੀ ਗੱਲ ਕਹਿ ਰਹੇ ਨੇ ਵੀ ਜਿਹੜੀ ਅਰੇਂਜ ਮੈਰਿਜ ਹੈ ਨਾ, ਬਹੁਤ ਵਧੀਆ ਹੁੰਦੀ ਆ। ਹਾਂ, ਅਤੇ ਨਾਲੇ ਲੈ, ਮੈਂ ਕੋਈ ਮਾੜਾ ਕੰਮ ਕੀਤਾ ਅੱਜ ਤੱਕ? ਮੇਰੇ ਤਾਂ ਘਰਦੇ ਨੇ ਦੱਸਿਆ ਸੀਗਾ ਵੀ ਵੇਖ ਬੀਬਾ, ਹੁਣ ਕੁੜੀ ਵਾਲੇ ਜਿਹਦੇ ਹੁੰਦੇ ਨੇ ਨਾ, ਉਹਨਾਂ ਨੂੰ ਨਾ ਚੁੱਪ ਕਰਕੇ ਰਹਿਣਾ ਪੈਂਦਾ, ਉਹਨਾਂ ਨੂੰ ਜਿੱਦਾਂ ਮੁੰਡੇ ਵਾਲੇ ਕਹਿਣ ਉਹਨਾਂ ਨੂੰ ਕਹਿਣਾ ਪੈਂਦਾ ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਚੱਕਰ ਹੀ ਕੋਈ ਨਹੀਂ, ਆਪਾਂ ਤਾਂ ਇੱਦਾਂ ਹੀ ਕਹਿਣਾ, ਪਰ ਮੈਂ ਫਿਰ ਵੀ ਕਿਹਾ ਵੀ ਆਪਣੇ ਕਾਲਜ ਦੀ ਸਲਾਹ ਜ਼ਰੂਰ ਲੈਣੀ ਆ। ਅਗਲੇ ਕਾਲਰ ਨੂੰ ਪੁੱਛ ਲਈਏ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਸ਼ਕਤੀ ਬੋਲਦਾ ਜੀ, ਕੈਨੇਡਾ ਤੋਂ। ਕੈਨੇਡਾ ਤੋਂ? ਅੱਜ ਮੇਰੇ ਮੁੰਡੇ ਵਾਲੇ ਵੀ ਕੈਨੇਡਾ ਤੋਂ ਵੇਖਣ ਆ ਰਹੇ ਨੇ। ਅੱਛਾ ਜੀ, ਤੁਹਾਡੇ ਗੁਆਂਢੀ ਤੇ ਨਹੀਂ ਕਿਤੇ? ਪਤਾ ਨਹੀਂ। ਅੱਛਾ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਬਸ ਵਧੀਆ ਲੱਗ ਰਹੇ ਹੋ ਤੁਸੀਂ। ਥੈਂਕ ਯੂ ਸੋ ਮਚ ਜੀ, ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਵੀ ਤੁਹਾਡੇ ਗੁਆਂਢੀ ਨੇ, ਤੁਸੀਂ ਕਹਿਤਾ ਉਹਨਾਂ ਦੇ ਹਿੱਸੇ ਦੀ ਗੱਲ ਵੀ ਮੈਂ ਵਧੀਆ ਲੱਗ ਰਹੀ ਹਾਂ, ਹੈ ਨਾ। ਹਾਂਜੀ ਹਾਂਜੀ, ਪਰ ਮੈਂ ਨਾ ਕਦੇ ਮਾਂ ਜਿਹਾ ਹੀ ਨਹੀਂ ਕੀਤਾ ਬਸ। ਅੱਛਾ ਜੀ, ਹਾਂਜੀ, ਅੱਛਾ, ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਤੁਸੀਂ ਮੈਰਿਡ ਹੋ? ਹਾਂਜੀ ਮੈਰਿਡ ਹੈ ਜੀ, ਮੈਂ ਜਦੋਂ ਦੇਖਣ ਗਿਆ ਸੀਗਾ ਤਾਂ
ਆਪਣਾ ਦਸੂਏ ਸਟੇਸ਼ਨ ਤੇ ਚਲ ਗਿਆ ਘੁੰਮਣ ਫਿਰਨ। ਅੱਛਾ ਗੱਲਾਂ ਵਿਦ ਗੁਲਾਬੋ। ਹੈਲੋ, ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਪ੍ਰੋਗਰਾਮ ਵੇਖਣ ਲਈ ਸ਼ੁਕਰੀਆ। ਅੱਜ ਟੌਪਿਕ ਬਾਰੇ ਕੁਝ ਕਹਿਣਾ ਚਾਹੋਗੇ? ਟੌਪਿਕ ਤੁਹਾਡਾ ਬਹੁਤ ਸੋਹਣਾ ਚੱਲ ਰਿਹਾ, ਵਧੀਆ ਠੀਕ ਠਾਕ ਚੱਲ ਰਿਹਾ, ਸੁਣਨੇ ਪਿਆ। ਚਲੋ ਕੋਈ ਚੱਕਰ ਨੀ ਜੀ, ਆਪਾਂ ਹੁਣ ਤਿਆਰੀ ਕਰਨੀ ਆ ਫਿਰ ਤੋਂ ਮੁੰਡੇ ਵਾਲੇ ਸਾਹਮਣੇ ਕਿੱਦਾਂ ਡੀਲ ਕਰਦਾ ਆ ਤੁਸੀਂ। ਮੈਨੂੰ ਥੈਂਕ ਯੂ ਸੋ ਮਚ, ਇੰਨੀਆਂ ਵਧੀਆ ਸੁਜੈਸ਼ਨਸ ਦਿੱਤੀਆਂ, ਨਾਲੇ ਮੇਰੀ ਤਾਰੀਫ ਵੀ ਕੀਤੀ ਵੀ ਮੈਂ ਸੋਹਣੀ ਲੱਗ ਰਹੀ ਹਾਂ, ਇੰਨੇ ਪੈਸੇ ਖਰਚੇ ਮੈਂ ਮੇਕਅਪ ਦੇ ਉੱਤੇ, ਫਾਇਦਾ ਤਾਂ ਕੋਈ ਹੋਇਆ, ਇੰਨੀਆਂ ਵੰਗਾਂ ਸੋਹਣੀਆਂ ਜੀਆਂ ਖਰੀਦੀਆਂ, ਵੇਖ ਲਓ ਮੈਂ ਹੁਣ ਸੂਟ ਵੀ ਨਵਾਂ ਪਾ ਲਿਆ, ਕੋਈ ਚੱਕਰ ਹੀ ਨਹੀਂ ਜੀ। ਮੈਨੂੰ ਲੱਗਦਾ ਹੁਣ ਤੁਹਾਡੇ ਹਿਸਾਬ ਨਾਲ ਮੁੰਡੇ ਵਾਲੇ ਮੈਨੂੰ ਐਕਸੈਪਟ ਕਰ ਹੀ ਲੈਣਗੇ, ਅਤੇ ਮੈਨੂੰ ਵੀ ਇੱਦਾਂ ਲੱਗਦਾ, ਮੈਂ ਸ਼ੀਸ਼ੇ ਅੱਗੇ ਵੇਖਿਆ, ਮੈਂ ਕਿਹਾ ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਐਕਸੈਪਟ ਤਾਂ ਕਰ ਹੀ ਲੈਣਗੇ, ਨਾਲੇ ਕੋਈ ਰਿਜੈਕਸ਼ਨ ਦਾ ਪੁਆਇੰਟ ਵੀ ਨਹੀਂ ਹੈਗਾ, ਹੈ ਨਾ। ਅਤੇ ਬਹੁਤ ਬਹੁਤ ਸ਼ੁਕਰੀਆ ਮੈਨੂੰ ਇਹ ਸਭ ਦੱਸਣ ਦੇ ਵਾਸਤੇ, ਅਤੇ ਮੈਂ ਹੁਣ ਚੱਲੀ ਹਾਂ ਜੀ ਤਿਆਰੀ ਕਰਨ। ਮੈਨੂੰ ਲੱਗਦਾ ਸਮੋਸੇ ਜਿਹੜੇ ਹੈਗੇ ਨੇ ਉਹ ਠੰਡੇ ਹੋ ਗਏ, ਮੈਂ ਫਿਰ ਤੋਂ ਤਲਕ ਉਹਨਾਂ ਨੂੰ ਗਰਮ ਕਰ ਲੈਂਦੀ ਹਾਂ। ਤਦ ਤੱਕ ਲਈ ਨਾ ਤੁਸੀਂ ਇੱਦਾਂ ਕਰੋ, ਤੁਸੀਂ ਸਾਡਾ ਪ੍ਰੋਗਰਾਮ ਵੇਖਦੇ ਰਹੋ, ਫਿਰ ਹਾਜ਼ਰ ਹੋਵਾਂਗੇ ਜੀ ਲੈ ਕੇ ਇੱਦਾਂ ਦੀਆਂ ਪਿਆਰੀਆਂ ਪਿਆਰੀਆਂ ਖੱਟੀਆਂ ਮਿੱਠੀਆਂ ਗੱਲਾਂ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।